सत श्री अकाल जी सारे नूं। अज असी आए हाँ बुश वॉकिंग ली, ते जिहड़ा कि मॉर्निंगटन पेनिनसुला च हैगा माउंट मार्था, उत्थे हैगा बेलकॉम्बे रिजर्व। आ तुसीं सामने देखो इत्थे, ते आपां चले इत्थे बुश वॉकिंग ली। ते ऑनलाइन इनफॉर्मेशन दे अकॉर्डिंग ये ऑलमोस्ट तुहाडा 11 किलोमीटर दी रिटर्न वॉक हैगी आ। ते जे आपां बुश वॉकिंग करनी है उस तो पहला जे तुसीं बीच नूं जाना चाहुंदे हो तां तुसीं इत्थों दी बीच एक्सेस भी लै सकदे हो सीधा बीच जाण लई। तो पर अज आप चलने बुश वॉकिंग लई। तो देखो बैग बुक ढोए हुए हैं आप सारा कुछ, तो अगे जाके देखते हूँ एंट्रेंस यदि कितों की हैगी। कोई सानू इनफॉर्मेशन बोर्ड मिलता कि नहीं मिलता उत्थे, तो नाल ही इतने एंट्रेंस टॉयलेट बाथरूम है। चलो हूँ अगे जल के देखते हैं कि हैगा इतने। अज पूरी हाइकिंग वाली फीलिंग लैनी है। अज पहला दिन हैगा, लॉकडाउन खुलिया फ्राइडे को, आप पहले दिन ही निकल पाए इतने बुश वॉकिंग ली। तो आ देखो सामने बोर्ड आ रहा है, सो इतने मैप बने हुए बोर्ड के उपर, सो इतों की इनफॉर्मेशन तुसी गैदर कर सकते हो। आ इतने एंट्रेंस से ही आ टॉयलेट बाथरूम्स है। तो आ मेन ट्रैक शुरू हो रहा, कैंप लॉन्ड्री हैगा। पर आ सामने तुहाडा इत्थे टेबल चेयर हैगा जे किसी ने खाना पीना, ये एंट्रेंस ही हैगा। बाकी इत्थे दी इनफॉर्मेशन हैगी सारी, फ्रॉग्स ऑफ लोअर बॉलकैम्बी क्रीक, बैट्स, इत्थे दे लोकल नेटिव जानवरों की इनफॉर्मेशन दी हुई सारी इत्थे। ये सामने जिहड़ा हैगा एक वैटलैंड रिजर्व हैगा सामने एक, मेरे ख्याल जदों बीच दे थोड़े हाई टाइड्स होणगे ते इत्थे पानी भर जांदा, पर हले खाली ही लग रहा सानू। इक बारबेक्यू एरिया भी हैगा, ते बारबेक्यूज भी लगे आ। चलो हुण चलदे आ अगे आपां, ते देखदे आ होर इत्थे की देखण नूं मिलदा है। ਤੁਸੀਂ ਦੇਖ ਸਕਦੇ ਇੱਥੇ ਵਿੱਚ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਕਲਾਕਾਰੀ ਕੀਤੀ ਦਿਖੇਗੀ। ਸੋ ਇਹ ਬਰਡਸ ਬਣਾਈਆਂ ਹੋਈਆਂ ਨੇ ਡਿਫਰੈਂਟ ਡਿਫਰੈਂਟ ਟਾਈਪ ਦੀਆਂ, ਅਤੇ ਅੱਜ ਦਾ ਮੌਸਮ ਬਹੁਤ ਹੀ ਵਧੀਆ ਹੈਗਾ ਹੈ, ਅਤੇ ਕਾਫੀ ਲੋਕ ਵੀ ਆਏ ਹੋਏ ਨੇ ਕਿਉਂਕਿ ਲੋਕਡਾਊਨ ਅੱਜ ਖੁੱਲ੍ਹਿਆ ਹੈਗਾ। ਅਤੇ ਰਸਤੇ ਵਿੱਚ ਬੈਂਚਿਸ ਵੀ ਲੱਗੇ ਹੋਏ ਆ ਜੇ ਤੁਸੀਂ ਥੋੜ੍ਹੀ ਦੇਰ ਰੈਸ਼ ਕਰਨੀ ਆ। ਪਰ ਖਾਸੀ ਲੰਬੀ ਵਾਕ ਨਹੀਂ ਹੈਗੀ, 2.5 ਕਿਲੋਮੀਟਰ ਦੀ ਵਾਕ ਹੈਗੀ ਸਿਰਫ ਇਹ ਵਾਲੀ। ਵਾਕ ਕਰਦੇ ਕਰਦੇ ਸਾਨੂੰ ਇੱਕ ਇੱਥੇ ਸਾਈਨ ਬੋਰਡ ਦਿਖਿਆ ਹੈ, ਸੋ ਜਿੱਥੇ ਕਿ ਉਹਨਾਂ ਨੇ ਲਿਖਿਆ ਹੋਇਆ ਤੁਸੀਂ ਇੱਕ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ, ਅਤੇ ਇੱਥੇ ਦੇ ਬਰਡਸ ਦੀ ਜੋ ਸਾਊਂਡ ਹੈਗੀ ਹੈ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ। ਸੋ ਅਸੀਂ ਵੀ ਹੁਣ ਬਰਡਸ ਦੀ ਇੱਥੇ ਆਵਾਜ਼ ਨੂੰ ਇੰਜੋਏ ਕਰ ਰਹੇ ਹਾਂ, ਬਹੁਤ ਹੀ ਪੀਸਫੁਲ ਹੈਗੀ ਹੈ ਆਵਾਜ਼। ਜੋ ਅਸੀਂ ਰਸਤੇ 'ਚ ਇਨਫੋਰਮੇਸ਼ਨ ਬੋਰਡ ਪੜ੍ਹਿਆ ਸੀਗਾ ਸਟਾਰਟਿੰਗ 'ਚ, ਉੱਥੇ ਦੱਸਿਆ ਸੀਗਾ ਤੁਸੀਂ ਆਹ ਛੋਟੀ ਵਾਕਸ ਵੀ ਲੈ ਸਕਦੇ ਹੋ, ਸਾਈਡ ਵਾਕਸ ਵੀ ਹੈਗੀਆਂ ਨੇ ਇਹਦੇ ਵਿੱਚ। ਆਹ ਜਿਹੜੀ ਹੈਗੀ ਆ ਆਹ ਤੁਹਾਡੀ ਸਾਈਡ ਵਾਕਸ ਹੈਗੀਆਂ ਨੇ, ਪਰ ਆਪਾਂ ਇਹ ਨਹੀਂ ਕਰ ਰਹੇ। ਅਤੇ ਉੱਥੇ ਸੀਗਾ ਕਿ ਮੇਨ ਵਾਕ ਤੁਸੀਂ ਲੈ ਸਕਦੇ ਹੋ, ਅਤੇ ਆਹ ਹੈਗੀ ਮੇਨ ਵਾਕ, ਆਹ ਬੋਰਡ ਵਾਕ ਹੈਗੀ ਆ। ਅਤੇ ਜ਼ਿਆਦਾ ਸਟੀਪ ਨਹੀਂ ਹੈਗੀ ਆ, ਔਨਲਾਈਨ ਇਹਨਾਂ ਦੱਸਿਆ ਕਿ ਸਟੀਪ ਇੰਨਾ ਹੈ ਨਹੀਂ ਹੈ, ਅਤੇ ਮਤਲਬ ਫਲੈਟ ਏਰੀਆ ਹੀ ਹੈਗਾ ਮੇਨਲੀ। ਅਤੇ 2.5 ਕਿਲੋਮੀਟਰ ਵਨ ਵੇ ਹੈਗਾ ਇਹ ਵਾਕ। ਅਤੇ ਬਰਡਸ ਵਗੈਰਾ ਬਹੁਤ ਹੀ ਸੋਹਣੀਆਂ ਇੱਥੇ, ਆਵਾਜ਼ ਵੈਰੀ ਪੀਸਫੁਲ, ਅਤੇ ਐਡਾ ਔਖਾ ਵੀ ਨਹੀਂ ਹੈਗਾ। ਅਤੇ ਆਈ ਵੁੱਡ ਹਾਈਲੀ ਰੈਕਮੈਂਡ ਇੱਥੇ ਆਓ, ਇੰਜੋਏ ਕਰੋ। ਹੁਣ ਤਾਂ ਲੋਕਡਾਊਨ ਵੀ ਖੁੱਲ੍ਹ ਗਿਆ, ਵਿਹਲੇ ਹੋ ਗਏ ਆ, ਕੰਮਾਂ ਕਾਜਾਂ ਤੋਂ ਵੀਕਐਂਡ 'ਤੇ ਨਿਕਲ ਸਕਦੇ ਹਾਂ ਘੁੰਮਣ ਫਿਰਨ ਲਈ। ਅਤੇ
crown in sight. Fly forever if you keep it tight. Love the world but keep the sky on your mind.
ਉੱਪਰ ਮੇਨ ਰੋਡ ਹੈਗੀ ਆ ਅਤੇ ਆਪਾਂ ਚੱਲੇ ਹਾਂ ਥੱਲੋਂ ਦੀ ਇਹਦੇ ਬ੍ਰਿਜ ਤੋਂ ਤੁਹਾਨੂੰ ਗੱਡੀ ਦੀ ਕਾਰਾਂ ਦੀ ਆਵਾਜ਼ਾਂ ਆਉਂਦੀ ਹੋਣੀ ਉੱਪਰ ਆਹ ਵੇਖੋ ਆਹ ਸਾਡੇ ਪਿੱਛੇ ਹਾਈਵੇ ਹੈਗਾ ਪਿੱਛੇ ਜੀ ਹੁਣ ਅਸੀਂ ਪਹੁੰਚ ਗਏ ਹਾਂ ਬ੍ਰਾਈਟ ਸਪਾਰਕ ਅਤੇ ਅਪਰੋਕਸੀਮੇਟਲੀ 2.6 ਕਿਲੋਮੀਟਰ ਹੋ ਚੁੱਕੇ ਇੱਥੇ ਤੱਕ ਸਾਨੂੰ ਅਤੇ ਆਹ ਹੁਣ ਬ੍ਰਾਈਟ ਸਪਾਰਕ ਅਤੇ ਐਂਟਰੈਂਸ 'ਤੇ ਸਾਨੂੰ ਇਹ ਬੋਰਡ ਮਿਲਿਆ ਅਤੇ ਇਹਦੇ ਅਕੋਰਡਿੰਗ ਇਟ ਇਜ਼ ਐਨ ਐਕਸਟੈਂਸ਼ਨ ਫੋਰ ਬਾਲਕੰਬੀ ਬੋਰਡ ਵਾਕ ਅਤੇ ਇਹ ਇੱਥੇ ਤੱਕ 2.5 ਕਿਲੋਮੀਟਰ ਸੀਗਾ ਹੁਣ ਜੇ ਅੱਗੇ ਜਾਣਾ ਹੁਣ ਉਹ ਸਾਨੂੰ ਇੱਥੇ ਦੱਸਿਆ ਨਹੀਂ ਕਿ ਇਹ ਹੁਣ ਦੀ ਬ੍ਰਾਈਟ ਸਪਾਰਕ ਕਿੰਨੇ ਕਿਲੋਮੀਟਰ ਅੱਗੇ ਆ ਅਤੇ ਪਰ ਹੁਣ ਅਸੀਂ ਇਹਨੂੰ ਫੋਲੋ ਕਰਨ ਲੱਗੇ ਹਾਂ ਅਤੇ ਸਾਨੂੰ ਐਟ ਦ ਐਂਡ ਦੇਖਦੇ ਹਾਂ ਕਿੱਥੇ ਤੱਕ ਜਾਂਦਾ ਅਤੇ ਸਾਨੂੰ ਇਨਫੋਰਮੇਸ਼ਨ ਫਿਰ ਪਤਾ ਲੱਗੂਗੀ ਕਿ ਇਹ ਕਿੰਨੇ ਕਿਲੋਮੀਟਰ ਦੀ ਵਾਕ ਹੈਗੀ ਆ ਪਰ ਟਿਲ ਦੈਟ ਬੋਰਡ ਆਲਰੇਡੀ ਸਾਨੂੰ 2.5 ਕਿਲੋਮੀਟਰਸ ਹੋ ਚੁੱਕੇ ਆ ਅਤੇ ਵੀ ਵਿਲ ਜਸਟ ਫੋਲੋ ਦਾ ਰੋਡ ਆਹ ਵਾਲੀ ਬੋਰਡ ਵਾਕ ਐਂਡ ਲੈਟਸ ਸੀ ਹੋਰ ਕਿੰਨਾ ਕੁ ਲੰਬਾ ਹੈਗਾ ਐਨਰਜੀ ਹੈਗੀ ਹਾਲੇ ਥੋੜ੍ਹੀ ਸਾਡੇ ਵਿੱਚ ਆਲੋ ਜੀ ਹੁਣ ਅਸੀਂ ਆਏ ਹਾਂ ਬੈਲਕੋਂਬੇ ਕ੍ਰੀਕ ਵਾਕਵੇ ਬ੍ਰਾਈਟ ਸਪਾਰਕ ਵਿਜ਼ਿਟਰ ਸੈਂਟਰ ਲੈਫਟ ਸਾਈਡ 'ਤੇ 400 ਮੀਟਰ ਆ ਅਤੇ ਮਾਊਂਟ ਮਾਰਥਾ ਬੀਚ ਜਿੱਥੋਂ ਆਪਾਂ ਸਟਾਰਟ ਕੀਤਾ ਹੈ ਇੱਥੋਂ ਹੀ 3 ਕਿਲੋਮੀਟਰ ਆ ਅਤੇ ਹੁਣ ਐਗਜੈਕਟਲੀ ਅਸੀਂ 3 ਕਿਲੋਮੀਟਰ ਦੀ ਵਾਕ ਕਰ ਚੁੱਕੇ ਹਾਂ ਉੱਥੋਂ ਦੀ ਇੱਥੇ ਤੱਕ ਪਰ ਜੇ ਆਪਾਂ ਇੱਥੋਂ ਦੀ ਆਪਾਂ ਨੇ ਲੈਫਟ ਨੂੰ ਦੇਖੀਏ ਤਾਂ ਸਾਹਮਣੇ ਇੱਕ ਹੋਰ ਕੋਈ ਹਰਪ ਕ੍ਰੀਕ ਟ੍ਰੇਲ ਅਤੇ ਰੀਜਨਲ ਵੇਸ 650 ਮੀਟਰ ਬੈਂਟਨ ਸਕੁਏਅਰ 2.4 ਕਿਲੋਮੀਟਰ ਮੋਨੀਟਨ ਸਿਵਿਕ ਰਿਜ਼ਰਵ 3.5 ਕਿਲੋਮੀਟਰਸ ਅਤੇ ਆਈ ਥਿੰਕ ਜਿਹੜੀ ਆਪਾਂ ਇਨਫੋਰਮੇਸ਼ਨ ਉਹੀ ਪੜ੍ਹ ਰਹੇ ਸੀਗੇ 11 ਕਿਲੋਮੀਟਰ ਅਤੇ ਇਹ ਸਾਰੀ ਟ੍ਰੇਲਸ ਇੰਕਲੂਡ ਕਰਕੇ ਹੋਣਗੀਆਂ ਅਸੀਂ ਜਿਹੜਾ ਤੁਹਾਨੂੰ ਦੱਸਿਆ ਸੀਗਾ ਹਰਪ ਕ੍ਰੀਕ ਟ੍ਰੇਲ ਅਸੀਂ ਉਹ ਨਹੀਂ ਲੈਣ ਲੱਗੇ ਅੱਜ ਅਸੀਂ ਬੋਰਡ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਅਸੀਂ ਹੁਣ ਉਹਨੂੰ ਹੀ ਫੋਲੋ ਕਰਨ ਲੱਗੇ ਹਾਂ ਅਤੇ ਅਸੀਂ ਹੁਣ ਚੱਲੇ ਹਾਂ ਬ੍ਰਾਈਟ ਸਪਾਰਕ ਵਿਜ਼ਿਟਰ ਸੈਂਟਰ ਜਿਹੜਾ ਕਿ ਇੱਥੋਂ ਦੀ 400